ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਲਈ ਬੱਚਿਆਂ ਦੀ ਕੋਟੀ ਲਈ ਇਹ ਡਿਜ਼ਾਇਨ ਲੈਕਰ ਆਈ ਹਾਂ, ਅਤੇ ਜੇ ਕਰਕੇ ਤੁਹਾਨੂੰ ਇਹ ਪਸੰਦ ਆਉਂਦਾ ਤਾਂ ਇਸ ਨੂੰ ਧਿਆਨ ਨਾਲ ਦੇਖਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਇਹ ਡਿਜ਼ਾਇਨ। ਅਤੇ ਇਹ ਇੱਕ ਸਿਲਾਈ ਇਹਦੇ ਵਿੱਚ ਆਪਾਂ ਪਹਿਲੇ ਸਿੱਧੀ ਪਾ ਲੈਣੀ ਆ। ਇਹ ਡਿਜ਼ਾਇਨ ਦੇ ਵਿੱਚ ਹੀ ਹੈ ਇੱਕ ਸਿਲਾਈ ਪੈਂਦੀ ਹੈ ਸਿੱਧੀ। ਇਸ ਨੂੰ ਮੈਂ ਪਾ ਰਹੀ ਹਾਂ। ਬੁਣਤੀ ਥੋੜ੍ਹੀ ਜਿਹੀ ਖੁੱਲ੍ਹਦੀ ਹੈ, ਕੁੰਡੇ ਘੱਟ ਪਾਉਣੇ ਪੈਂਦੇ ਆ, ਅਤੇ ਸੋਹਣੀ ਬਹੁਤ ਲੱਗਦੀ ਹੈ ਬੱਚਿਆਂ ਦੇ। ਮਲਟੀ ਕਲਰ 'ਤੇ ਮੈਂ ਬਣਾ ਰਹੀ ਹਾਂ। ਆ ਦੇਖੋ ਜੀ, ਆ ਡਿਜ਼ਾਇਨ ਇੱਕ ਸਿਲਾਈ ਮੈਂ ਸਿੱਧੀ ਪਾ ਲਈ ਹੈ, ਪੁੱਠਾ ਪਾਸਾ ਆ ਗਿਆ। ਆ ਪਹਿਲਾ ਮੁੰਡਾ ਚਾਹੇ ਬੁਣ ਲਈਏ ਚਾਹੇ ਉਤਾਰ ਲਈਏ, ਆਪਾਂ ਇੱਦਾਂ ਹੀ ਧਾਗਾ ਵਿੱਚ ਹੀ ਰੱਖਣਾ, ਇੱਕ ਵਲ ਪਾ ਕੇ ਉੱਦਾਂ ਹੀ ਉਤਾਰ ਲਿਆ। ਹਾਂ, ਉਹਨੇ ਇੱਕ ਬੁਣ ਲਿਆ, ਇੱਕ ਦੇ ਉੱਪਰ ਦੀ ਵਲ, ਬਸ ਇਸ ਤਰ੍ਹਾਂ। ਸਿੱਧੀ ਸਿਲਾਈ ਆ ਗਈ ਹੈ। ਇਸ ਨੂੰ ਵੀ ਮੂਹਰੇ ਧਾਗਾ ਲਿਆਉਣਾ, ਪੁੱਠੀ ਬੁਣੀ ਹੈ ਸਾਰੀ ਇਸ ਤਰ੍ਹਾਂ। ਬਲ ਦੇ ਉੱਪਰ ਦੀ ਵਲ ਫਿਰ ਪਾਉਣਾਗਾ ਇਸ ਤਰ੍ਹਾਂ। ਇੱਕ ਬੁਣਾ ਬੁਣ ਲਿਆ, ਫਿਰ ਵਲ, ਫਿਰ ਬੁਣ ਲਿਆ ਇੱਕ, ਫਿਰ ਵਲ, ਇਸ ਤਰ੍ਹਾਂ। ਅਤੇ ਅਸੀਂ ਸਾਰੀ ਸਿਲਾਈ ਬੁਣ ਲਈ ਹੈ, ਉਹਨਾਂ ਸਿਲਾਈ ਆ ਗਈ ਹੈ ਪਿੱਛੇ। ਇਹਦੇ ਵਿੱਚ ਡਿਜ਼ਾਇਨ ਕੰਪਲੀਟ ਹੋ ਜਾਣਾ। ਧਾਗਾ ਵਿੱਚ ਹੀ ਰੱਖਣਾ ਗਾ, ਇੱਕ ਕੁੰਡਾ ਨਾਲ ਵਲ ਬੁਣ ਲੈਣੇ, ਉਹਨੇ ਤਿੰਨ ਧਾਗੇ ਹੋ ਗਏ, ਇਸ ਤਰ੍ਹਾਂ ਬੁਣ ਲਿਆ। ਹੁਣ ਧਾਗਾ ਮੂਹਰੇ ਲਿਆਉਣਾ, ਇੱਕ ਕੁੰਡਾ ਪੁੱਠਾ ਬੁਣ ਲਿਆ, ਬਲਾਂ ਵਾਲਾ ਧਾਗਾ ਪਿੱਛੇ ਲੈ ਕੇ ਇਸ ਤਰ੍ਹਾਂ ਸਿੱਧਾ ਜਿਵੇਂ ਆ, ਇੱਦਾਂ ਹੀ ਇੱਥੇ ਉੱਪਰ ਬਣ ਜਾਣਾ। ਧਾਗਾ ਪਿੱਛੇ
ਜਿਹੜਾ ਵਾਲਾ ਵਾਲਾ ਪਾਸਾ ਛੇ ਇਸ ਤਰ੍ਹਾਂ ਡਿਜ਼ਾਇਨ ਆਪਣਾ ਪੂਰਾ ਹੋ ਗਿਆ ਅਤੇ ਹੁਣ ਆਹ ਸਿਲਾਈ ਹੈ ਜਿਹੜੀ ਇਹ ਸਿੱਧੀ ਜਿਹੜਾ ਪਹਿਲਾਂ ਪਾਈ ਸੀਗੀ ਉਸੇ ਤਰ੍ਹਾਂ ਸਿੱਧੀ ਪਾਉਣੀ ਹੈ ਸਾਰੀ ਸਿਲਾਈ ਸਿੱਧੀ ਹੈ ਅਤੇ ਜੇ ਕਰਕੇ ਤੁਹਾਨੂੰ ਮੇਰਾ ਇਹ ਡਿਜ਼ਾਇਨ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇ ਹਾਲੇ ਤੱਕ ਨਹੀਂ ਕੀਤਾ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।